विधानसभा चोणां 2022 नूं लै के हर एक पार्टी वल्लों चोण प्रचार दे विच तेजी लियांदे होए चोण प्रचार कीता जा रहा है। उत्थे ही हलका श्री आनंदपुर साहिब तों कांग्रेस दे उम्मीदवार राणा केपी सिंह दी बेटी दिव्या कंवर ने अज अपने पिंड नीकू नंगल विखे चोण प्रचार करदे होए विकास दे मुद्दियां नूं लै के वोटां मंगियां। उत्थे इस मौके चोण प्रचार वेले स्थानिक वसनीकां दे विच काफी उत्साह वेखण नूं मिलिया ते उन्हां ने आश्वासन दिलवाया कि पिंड दे विचों वध तों वध वोटां पवा के राणा केपी नूं जिताया जाएगा। इस मौके उत्ते पिंड वासियां ने पंजाब टीवी प्राइम दे नाल गलबात करते हुए की आख्या आओ सुनदे हां। नंगल तों पंजाब टीवी प्राइम दे लई रकेश राणा दी रिपोर्ट। असीं ना वोटां दी मतलब वोटां मंग रहे हैं तां राणा जी ने बहुत काम कराए साडे निक्कू नंगल दे पिंड दे विच 5 साल तों बड़े अच्छे काम हो रहे हैं ते अज भी असीं वोटां लैण दे ही सारे जा रहे हैं ते वध वोटां पा के राणा जी नूं जिताओ ते इस हलके दी होर भी ज़्यादा मतलब होवे तरक्की होवे तरक्की होवे। हाँ जी अज कौन कौन आया जी वोटां मंगण? हाँ जी अज राणा जी दी बेटी तो और साडे पिंड दे तो और नीचे दे सारे मेहमान सब आए। ਕਿਸ ਤਰ੍ਹਾਂ ਦਾ ਰਿਸਪੌਂਸ ਮਿਲਿਆ ਜੀ? ਕਿਵੇਂ ਤੁਸੀਂ ਜਾ ਰਹੇ ਹੋ ਡੋਰ ਟੂ ਡੋਰ ਜਾ ਰਹੇ ਹੋ ਕੀ ਕਹਿੰਦੇ? ਹਾਂਜੀ ਬਹੁਤ ਵਧੀਆ ਮਿਲ ਰਿਹਾ ਸਾਨੂੰ ਰਿਸਪੌਂਸ ਇਸ ਚੀਜ਼ ਦਾ। ਹਾਂਜੀ ਵੱਧ ਤੋਂ ਵੱਧ ਰਾਣਾ ਜੀ ਨੂੰ ਵੋਟਾਂ ਪਾਓ ਤੇ ਔਰ ਪਾਣੀਆਂ ਵੀ ਔਰ ਪੁਆਣੀਆਂ ਵੀ ਵੋਟਾਂ। ਜੀ ਮੇਰਾ ਨਾਮ ਰੀਟਾ ਦੇਵੀ ਹੈ ਔਰ ਮੈਂ ਨੰਗਲ ਨਿੱਕੂ ਦੀ ਵਸਨੀਕ ਹੈ। ਅੱਜ ਕਿਵੇਂ ਪ੍ਰਚਾਰ ਕੀਤਾ ਜਾ ਰਿਹਾ ਜੀ? ਕੌਣ ਆਇਆ ਜੀ ਨਾਲ ਮਿਲ ਕੇ? ਕਿਸ ਤਰ੍ਹਾਂ ਦਾ ਰਿਸਪੌਂਸ ਮਿਲਿਆ ਜੀ? ਅੱਜ ਜਿਹੜਾ ਸਾਡਾ ਪ੍ਰਚਾਰ ਹੈਗਾ ਹੈ ਸਾਡੇ ਆਪਣੇ ਹੀ ਸਾਡੇ ਦੀਦੀ ਕਹਿ ਲਓ ਕਿਉਂਕਿ ਹੈ ਤੇ ਆਪਣੇ ਰਾਣਾ ਜੀ ਦੇ ਬੇਟੀ ਦਿਵਿਆ ਜੀ ਔਰ ਸਾਡੇ ਜਠਾਣੀ ਜੀ ਵੀ ਲੱਗਦੇ ਹੈਗੇ ਹੈ ਇਹਨਾਂ ਨਾਲ ਸਾਨੂੰ ਅਸੀਂ ਸਾਰੇ ਪਿੰਡ ਵਾਲੇ ਇਕੱਠੇ ਹੋ ਕੇ ਆਪਣੇ ਰਾਣਾ ਜੀ ਲਈ ਵੋਟ ਮੰਗ ਵੀ ਰਹੇ ਹਾਂ ਔਰ ਸਾਨੂੰ ਉਮੀਦ ਹੈ ਕਿ ਵੱਧ ਚੜ ਕੇ ਜਿਹੜੀ ਸਾਡੀ ਵੋਟ ਹੈਗੀ ਹੈ ਔਰ ਰਾਣਾ ਜੀ ਵਾਸਤੇ ਹੀ ਹੈਗੀ ਹੈ ਜੀ। ਕਿਹਨਾਂ ਮੁੱਦਿਆਂ ਨੂੰ ਲੈ ਕੇ ਇਸ ਵਾਰ ਵੋਟ ਕੀਤੀ ਜਾ ਰਹੀ ਹੈ? ਦੇਖੋ ਜੀ ਮੁੱਦੇ ਸਾਨੂੰ ਇਹ ਤਾਂ ਦੱਸਣ ਦੀ ਲੋੜ ਹੀ ਨਹੀਂ ਹੈਗੀ ਹੈ ਵੀ ਕਿਹੜੇ ਕਿਹੜੇ ਮੁੱਦੇ ਹੈ ਕਿਉਂਕਿ ਰਾਣਾ ਜੀ ਨੂੰ ਸਾਡੇ ਮੁੱਦਿਆਂ ਬਾਰੇ ਸਭ ਕੁਝ ਪਹਿਲੇ ਤੋਂ ਹੀ ਪਤਾ ਹੈਗਾ ਹੈ ਇਸ ਕਰਕੇ ਅਸੀਂ ਬੜੇ ਜ਼ੋਰ ਨਾਲ ਔਰ ਜੋਸ਼ ਨਾਲ ਇਹ ਚੀਜ਼ ਬੋਲਦੇ ਵੀ ਸਾਨੂੰ ਇਹ ਦੱਸਣ ਦੀ ਲੋੜ ਵੀ ਨਹੀਂ ਹੈਗੀ ਵੀ ਸਾਡੇ ਕਿਹੜੇ ਕਿਹੜੇ ਮੁੱਦੇ ਹੈਗੇ ਹੈ। ਤੁਸੀਂ ਪਿੰਡ ਦੇ ਮੌਜੂਦਾ ਪੰਚਾਇਤ ਮੈਂਬਰ ਵੀ ਹੋ? ਐਕਸ ਪੰਚਾਇਤ ਮੈਂਬਰ ਵੀ ਹੋ? ਹਾਂਜੀ। ਤੇ ਜਿਵੇਂ ਤੁਸੀਂ ਘਰ ਘਰ ਜਾ ਰਹੇ ਹੋ ਜੀ ਤੇ ਕਿਵੇਂ ਦਾ ਰਿਸਪੌਂਸ ਮਿਲਿਆ ਸਰ? ਜੀ ਸਾਨੂੰ ਜਿਹੜਾ ਰਿਸਪੌਂਸ ਹੈਗਾ ਬਹੁਤ ਵਧੀਆ ਮਿਲ ਰਿਹਾ ਹੈ ਕਿਉਂਕਿ ਜੋ ਵੀ ਲੋਕ ਹੈਗੇ ਹੈ ਉਹ ਹਮੇਸ਼ਾ ਆਪਣੀ ਤਰੱਕੀ ਵੱਲ ਦੇਖ ਰਹੇ ਕਿ ਸਾਡੇ ਪਿੰਡ ਵਿੱਚ ਕੀ ਤਰੱਕੀ ਹੋ ਚੁੱਕੀ ਸਾਡੇ ਸ਼ਹਿਰ 'ਚ ਕੀ ਤਰੱਕੀ ਹੋਈ ਹੈ ਉਸ ਨੂੰ ਦੇਖ ਕੇ ਸਾਨੂੰ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਹੈ। ਹੁਣ ਪਿੰਡ ਵਾਸੀਆਂ ਨੂੰ ਕੀ ਅਪੀਲ ਕਰੋਗੇ? ਸਾਡੇ ਪਿੰਡ ਵਾਸੀਆਂ ਨੂੰ ਅਪੀਲ ਕਰਨ ਦੀ ਜ਼ਰੂਰਤ ਨਹੀਂ ਹੈ ਸਰ ਕਿਉਂਕਿ ਸਾਡੇ ਪਿੰਡ ਵਾਲੇ ਸ਼ੁਰੂ ਤੋਂ ਹੀ ਮੁੰਡ ਤੋਂ ਹੀ ਰਾਣਾ ਜੀ ਦੇ ਨਾਲ ਹੀ ਹੈਗੇ ਆ ਤੇ ਸਾਨੂੰ ਅੱਜ ਦਿਵਿਆ ਮੈਡਮ ਜੀ ਘਰ ਡੋਰ ਟੂ ਡੋਰ ਵੋਟ ਮੰਗਣ ਵਾਸਤੇ ਆਏ ਤੇ ਅਸੀਂ ਇਹਨਾਂ ਦੇ ਨਾਲ ਆ ਸਾਨੂੰ ਬਹੁਤ ਖੁਸ਼ੀ ਹੈ ਅਸੀਂ 100 ਸਾਲ ਤੋਂ ਹੀ ਰਾਣਾ ਜੀ ਦੇ ਨਾਲ ਆ ਕਾਂਗਰਸ ਦੇ ਅਸੀਂ ਬੜੇ ਹੋ ਜੀ ਸਾਡੇ ਬਜ਼ੁਰਗ ਕਿਹਾ ਸੀ ਵੀ ਜਦ ਤੱਕ ਸਾਡੀ ਜਾਨ ਹੈ ਅਸੀਂ ਰਾਣਾ ਜੀ ਨੂੰ ਹੀ ਵੋਟ ਪਾਉਂਦੇ ਆ ਕਾਂਗਰਸ ਵਾਲਿਆਂ ਨੂੰ ਵੀ ਵੋਟ ਪਾਉਂਦੇ ਜੀ ਅਸੀਂ। ਹਾਂਜੀ ਸਾਨੂੰ ਬੜੀ ਖੁਸ਼ੀ ਹੈ ਜੀ ਵੱਧ ਤੇ ਵੱਧ ਵੋਟਾਂ ਨਾਲ। ਮੇਰਾ ਨਾਮ ਹੈ ਸਰੋਜ ਕੁਮਾਰੀ ਪੰਚ ਨਿੱਕੂ ਨੰਗਲ ਲੋਅਰ। ਮਤਲਬ ਸਾਡੇ ਪਿੰਡ ਦੇ ਵਿੱਚ ਰਾਣਾ ਜੀ ਨੇ ਬਹੁਤ ਹੀ ਜ਼ਿਆਦਾ ਕੰਮ ਕਰਾਏ ਬਹੁਤ ਹੀ ਜ਼ਿਆਦਾ ਵਿਕਾਸ ਕੀਤਾ ਹੈਗਾ ਤੇ ਅਸੀਂ ਇਹ ਕਹਿੰਦੇ ਸਾਰਿਆਂ ਨੂੰ ਸਾਡੀ ਇਹ ਹੱਥ ਜੋੜ ਕੇ ਬੇਨਤੀ ਹੈ ਕਿ ਰਾਣਾ ਜੀ ਨੂੰ ਭਾਰੀ ਵੋਟਾਂ ਦੇ ਨਾਲ ਬਹੁਮਤ ਦੇ ਨਾਲ ਇਹਨਾਂ ਨੂੰ ਸਾਰੇ ਜਣੇ ਵੋਟਾਂ ਪਾਓ ਤਾਂ ਇਹਨਾਂ ਦੀ ਜਿੱਤ ਜਿਹੜੀ ਹੈਗੀ ਕਿ ਪੱਕੀ ਹੈਗੀ ਗੀ ਤੇ ਸਾਨੂੰ ਪਤਾ ਵੀ ਹੈਗਾ ਵੀ ਇਹਨਾਂ ਰਾਣਾ ਜੀ ਨੇ ਹੀ ਬਣਨਾ ਹੈਗਾ ਗਾ ਹੋਰ ਕਿਸੇ ਦੀ ਕੋਈ ਉਹ ਨਹੀਂ ਹੋਣੀ। ਹਾਂਜੀ ਪਿੰਡ ਵਿੱਚ ਕਿਸ ਤਰ੍ਹਾਂ ਪ੍ਰਚਾਰ ਕੀਤਾ ਜਾ ਰਿਹਾ ਹੈ ਕਿਵੇਂ ਰਿਸਪੌਂਸ ਮਿਲ ਰਿਹਾ ਹੈ? ਵਧੀਆ ਮਿਲਦਾ ਪਿਆ ਜੀ ਬਹੁਤ ਜ਼ਿਆਦਾ ਵਧੀਆ ਵਧੀਆ ਰਿਸਪੌਂਸ ਹੈ ਜੀ ਔਰ ਜਿੱਤ ਵੀ ਪੱਕੀ ਹੈ। ਹਾਂਜੀ ਮੇਰਾ ਨਾਮ ਬ੍ਰਿਜਵਾਲਾ ਹੈ। ਸਾਨੂੰ ਜੀ 20-22 ਦਿਨ ਹੋ ਗਏ ਅਸੀਂ ਚੋਣਾਂ ਦਾ ਪ੍ਰਚਾਰ ਕਰਦੇ ਪਏ ਹਾਂ। ਅਸੀਂ ਡੋਰ ਟੂ ਡੋਰ ਗਏ ਹਾਂ ਪਿੰਡਾਂ 'ਚ ਸਾਨੂੰ ਪਿੰਡਾਂ 'ਚ ਬਹੁਤ ਹੀ ਵਧੀਆ ਹੁੰਗਾਰਾ ਮਿਲ ਰਿਹਾ ਹੈ। ਅੱਜ ਅਸੀਂ ਨਿੱਕੂ ਨੰਗਲ 'ਚ ਦਿਵਿਆ ਮੈਡਮ ਜੀ ਦੇ ਸਹੁਰਿਆਂ ਦਾ ਪਿੰਡ ਹੈ ਅਸੀਂ ਜੀ ਇਹਦੇ 'ਚ ਵੀ ਸਾਰੇ ਘੁੰਮ ਕੇ ਆਏ ਹਾਂ ਸਾਰੇ ਪ੍ਰਚਾਰ ਕਰਕੇ ਆਏ ਹਾਂ। ਸਾਨੂੰ ਸਾਰਿਆਂ ਦੀ ਇੱਕੋ ਹੀ ਆਵਾਜ਼ ਲੱਗੀ ਕੇਪੀ ਰਾਣਾ ਜਿੰਦਾਬਾਦ ਕੇਪੀ ਰਾਣਾ ਜਿੰਦਾਬਾਦ ਜਿੱਤੂਗਾ ਬਈ ਜਿੱਤੂਗਾ ਕੇਪੀ ਰਾਣਾ ਜਿੱਤੂਗਾ। ਮੈਂ ਬਰਜਿੰਦਰ ਆਫ ਪੱਪੂ ਗਾਂ ਨਿੱਕੂ ਨੰਗਲ ਤੋਂ ਬੋਲ ਰਹਾ ਹੂੰ। ਮੈਂ ਡੋਰ ਟੂ ਡੋਰ ਰਾਣਾ ਜੀ ਦੀ ਵੋਟੋਂ ਕੇ ਲੀਏ ਘੁੰਮ ਰਹੇ ਹੈ ਇਸ ਲਈ ਜ਼ਿਆਦਾ ਤੋਂ ਜ਼ਿਆਦਾ ਅਪਲੋਸ ਹਮੇਂ ਮਿਲ ਰਹਾ ਹੈ। ਸਾਰੇ ਜਨਤਾ ਜੇ ਬੋਲ ਰਹੀ ਹੈ ਕਿ ਰਾਣਾ ਜੀ ਕੋ ਜਿਤਾਉਣਾ ਹੈ ਰਾਣਾ ਜੀ ਕੋ ਵੋਟ ਪਾ ਕੇ ਜਿਤਾਉਣਾ ਹੈ। ਮੈਂ ਸਰਪੰਚ ਓਮਕਾਰ ਸਿੰਘ ਨੰਗਲ ਨਿੱਕੂ ਲੋਹਲ ਤੋਂ ਮੈਂ ਰਾਣਾ ਜੀ ਦੀ ਕੰਪੇਨ ਕਰ ਰਿਹਾ ਡੋਰ ਬਾਈ ਡੋਰ। ਮੈਨੂੰ ਚੰਗਾ ਹੰਗਾਰਾ ਰਾਣਾ ਜੀ ਨੂੰ ਮਿਲ ਰਿਹਾ ਸਾਡੇ ਰਾਣਾ ਜੀ ਦੇ
ਕੰਮਾਂ ਦੇ ਆਧਾਰ ਤੇ ਅਸੀਂ ਵੋਟਾਂ ਮੰਗਦੇ ਆ ਉਹਦੇ ਆਧਾਰ ਤੇ ਸਾਨੂੰ ਚੰਗਾ ਫਲ ਮਿਲ ਰਿਹਾ ਪਿੰਡ ਦੇ ਵਿੱਚ ਵਿਕਾਸ ਹੋਇਆ ਬਹੁਤ ਜ਼ਿਆਦਾ ਵਿਕਾਸ ਦੇ ਕੰਮ ਤੇ ਅਸੀਂ ਵੋਟਾਂ ਮੰਗਿਆ ਕਰਦੇ ਲੋਕ ਸਾਨੂੰ ਚੰਗਾ ਅਫਸੋਸ ਦਿਆ ਕਰਦੇ ਤੇ ਅਸੀਂ ਰਾਣਾ ਜੀ ਨੂੰ ਜਿਤਾ ਕੇ ਭੇਜਾਂਗੇ ਆਪਣੇ ਪਿੰਡ 'ਚ ਮੇਰਾ ਨਾਂ ਰਾਣਾ ਬਹਾਦਰ ਸਿੰਘ ਰਾਣਾ ਜੀ ਮੇਰਾ ਪਿੰਡ ਹੰਬੇਆਲਾ ਨਾਲੀ ਕਬਾਇਲ ਮੈਂ ਇੱਥੇ ਆਟੇ ਦੀ ਚੱਕੀ ਕਰਦਾ ਜੀ ਚੌਂਕ ਤੇ ਰਾਣਾ ਜੀ ਨੇ ਰਾਣਾ ਜੀ ਨੂੰ ਜਿਹੜੀਆਂ ਵੋਟਾਂ ਪੈਣੀਆਂ ਨਾ ਵਿਕਾਸ ਦੇ ਉੱਤੇ ਪੈਣੀਆਂ ਜੀ ਥੱਲੇ ਮੈਂ ਇਹਨਾਂ ਦਾ ਰਾਣਾ ਜੀ ਨੇ ਲੋਹ ਨਿੱਕੂ ਨੰਗਲ 'ਚ ਮੈਂ ਮੈਰਿਜ ਪੈਲਸ ਬਣਾਇਆ ਇੱਥੇ ਘੱਟ ਘੱਟ ਉੱਥੇ ਪਾਰਕਿੰਗ ਹੈ ਨਹੀਂ ਹੈ ਅਤੇ ਘੱਟ ਘੱਟ 60-70 ਗੱਡੀਆਂ ਇੰਟਰੀ ਇੱਕ ਪਾਸੇ ਦੇ ਦੂਜੇ ਪਾਸੇ ਦੇ ਉਹ ਡੂੰਗੇ ਯਾਨੀ ਕਿ ਪੈਲਸ ਐਡਾ ਬੰਦਾ ਬਣਾਤਾ ਯਾਨੀ ਕਿ 1000-2000 ਦੀ ਗੈਦਰਿੰਗ ਜਿਹੜੀ ਨਾ ਉੱਥੇ ਸਾਨੂੰ ਪੈਲਸ ਵਾਲਿਆਂ ਕੋਲ ਜਾਣ ਦੀ ਕੋਈ ਜ਼ਰੂਰਤ ਨਹੀਂ 1.5 ਲੱਖ ਰੁਪਈਆ ਮੰਗ ਲੈਂਦੇ ਪੈਲਸ ਵਾਲੇ ਵੀ 1.5 ਲੱਖ ਦੇ ਦਿਓ 2 ਲੱਖ ਦੇ ਦਿਓ ਤੁਸੀਂ ਉਹ ਸਾਡੀ ਬਹੁਤ ਵੱਡੀ ਸਮੱਸਿਆ ਸੀ ਸਾਡੇ ਪਿੰਡਾਂ ਦੀ ਇਹ ਸਾਰੇ ਪਿੰਡਾਂ 'ਚ ਤਕਰੀਬਨ ਰਾਣਾ ਜੀ ਨੇ ਮੈਰਿਜ ਪਾਸ ਦਿੱਤੇ ਪਾਣੀ ਦੀ ਸਮੱਸਿਆ ਤਹਿਸੀਲ ਇੱਥੇ ਤਹਿਸੀਲ 'ਚ ਰਾਣਾ ਜੀ ਦੀ ਦੇਣ ਹੈ ਹੋਸਪਿਟਲ ਰਾਣਾ ਜੀ ਦੀ ਦੇਣ ਹੈ ਯਾਨੀ ਕਿ ਇਲਾਕੇ 'ਚ ਜਿੰਨੀ ਵੀ ਤਰੱਕੀ ਜਿੰਨੀ ਵੀ ਡਿਵੈਲਪਮੈਂਟ ਕੀਤੀ ਰਾਣਾ ਕੇ ਪੀ ਸਿੰਘ ਨੇ ਕੀਤੀ ਰਾਣਾ ਕੇ ਪੀ ਸਿੰਘ ਨੂੰ ਅਸੀਂ ਵਿਕਾਸ ਪੁਰਸ਼ ਵੀ ਕਿਹਾ ਜਾ ਸਕਦਾ ਹੈ ਜੀ ਅਤੇ ਇੱਥੇ ਨਿੱਕੂ ਨੰਗਲ 'ਚ ਡੋਰ ਟੂ ਡੋਰ ਆਪਾਂ ਉੱਪਰ ਘੁੰਮੇ ਹਾਂ ਲੋਕਾਂ ਦਾ ਬਹੁਤ ਵਧੀਆ ਰਿਸਪੋਂਸ ਦਿੱਤਾ ਹੈ ਲੋਕਾਂ ਨੇ ਵਿਕਾਸ ਦੇ ਕੰਮਾਂ 'ਤੇ ਮੋਹਰ ਲਾਉਣੀ ਹੈ ਰਾਣਾ ਜੀ ਨੂੰ ਵਿਜੇ ਬਣਾਉਣਾ ਆਉਣ ਵਾਲੀ 20 ਤਰੀਕ ਨੂੰ ਲੋਕਾਂ ਨੇ 5 ਦੇ ਵੋਟਾਂ ਪਾਉਣੀਆਂ ਅਤੇ ਰਾਣਾ ਜੀ ਨੂੰ ਕਾਮਯਾਬ ਬਣਾਉਣਾ ਹੈ ਹੈਲੋ ਰਕੇਸ਼ ਜੀ ਪਹਿਲੇ ਤਾਂ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਪੈਸ਼ਲੀ ਇਹ ਕਵਰੇਜ ਕਰਨ ਲਈ ਆਏ ਹੋ ਅੱਜ ਅਸੀਂ ਪਿੰਡ ਨੰਗਲ ਨਿੱਕੂ ਦੇ ਵਿੱਚ ਡੋਰ ਟੂ ਡੋਰ ਕੈਂਪੇਨ ਕਰ ਰਹੇ ਹਾਂ ਉੱਪਰ ਵਾਲਾ ਨਿੱਕੂ ਨੰਗਲ ਅੱਪਰ ਸਾਰਾ ਅਸੀਂ ਅੱਜ ਡੋਰ ਟੂ ਡੋਰ ਕੈਂਪੇਨ ਕੀਤਾ ਔਰ ਹੁਣ ਅਸੀਂ ਨਿੱਕੂ ਨੰਗਲ ਲੋਅਰ ਵੱਲ ਚੱਲੇ ਹੋਏ ਹਾਂ ਕੈਂਪੇਨ ਸਟਾਰਟ ਕਰਨ ਲਈ ਡੋਰ ਟੂ ਡੋਰ ਕੈਂਪੇਨ ਸਟਾਰਟ ਕਰਨ ਲਈ ਰਕੇਸ਼ ਜੀ ਇਹ ਜਿਹੜਾ ਪਿੰਡ ਹੈ ਨਿੱਕੂ ਨੰਗਲ ਇਹ ਮੇਰਾ ਘਰ ਹੈ ਮੇਰਾ ਪਰਿਵਾਰ ਹੈ ਇੱਕ ਪਰਿਵਾਰ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਕੀ ਰਿਸਪੋਂਸ ਮਿਲਦਾ ਹੈ ਤੁਸੀਂ ਕੀ ਐਕਸਪੈਕਟ ਕਰਦੇ ਹੋ ਮੇਰੇ ਪਰਿਵਾਰਕ ਮੈਂਬਰਸ ਇੱਕ ਇੱਕ ਨੰਗਲ ਨਿੱਕੂ ਦਾ ਵਸਨੀਕ ਮੇਰੇ ਨਾਲ ਹੈ ਮੇਰੇ ਪਿਤਾ ਜੀ ਦੇ ਨਾਲ ਹੈ ਔਰ ਵੱਧ ਤੋਂ ਵੱਧ ਉਹ ਵੋਟਾਂ ਪਾ ਕੇ ਰਾਣਾ ਕੰਵਰਪਾਲ ਸਿੰਘ ਜੀ ਨੂੰ ਬਹੁਤ ਵੱਡੀ ਲੀਡ ਦਵਾ ਕੇ ਇਸ ਪਿੰਡ ਵਿੱਚੋਂ ਭੇਜਣਗੇ